ਬੜੀ ਇੰਪੋਰਟੈਂਟ ਹੈ। ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਦੋਸ਼ਾਂ ਦੀ ਜਾਂਚ ਕਰਾਉਣ ਲਈ ਸੁਖਜਿੰਦਰ ਸਿੰਘ ਰੰਧਾਵਾ ਨੇ ਚੋਣ ਕਮਿਸ਼ਨਰ ਨੂੰ ਪੱਤਰ ਲਿਖਿਆ ਜੀ। ਕੁੰਵਰ ਵਿਜੇ ਪ੍ਰਤਾਪ ਸਿੰਘ ਤੁਹਾਨੂੰ ਪਤਾ ਹੈ ਕਿ ਬੜੀ ਅਜੀਬ ਕਿਸਮ ਦੀ ਸ਼ਖਸੀਅਤ ਹੈ ਔਰ ਇਹ ਉਹ ਸ਼ਖਸੀਅਤ ਹੈ, ਮੈਂ ਇਹਨਾਂ ਦਾ ਬਹੁਤ ਇੱਜ਼ਤ ਮਾਨ ਸਤਿਕਾਰ ਕਰਦਾ। ਮੇਰੀ ਉਹਨਾਂ ਦੇ ਨਾਲ ਕੋਈ ਬਹੁਤ ਹੀ ਕਦੇ ਬਹੁਤ ਗੱਲਬਾਤ ਨਹੀਂ ਹੋਈ। ਪਿੱਛੇ ਜੇ ਮੇਰੀ ਇੱਕ ਦਿਨ ਮੈਂ ਟੈਲੀਫੋਨ ਕੀਤਾ ਸੀ ਉਹਨਾਂ ਨੂੰ, ਉਹ ਟੈਲੀਫੋਨ ਚੁੱਕ ਨਹੀਂ ਸਕੇ ਸੀ, ਲੇਕਿਨ ਅਗਲੇ ਦਿਨ ਉਹਨਾਂ ਦੀ ਜਿਹੜੀ ਕਾਲ ਬੈਕ ਆਈ ਤੇ ਮੈਂ ਉਹਨਾਂ ਨੂੰ ਆਪਣੀ ਇੰਟਰੋਡਕਸ਼ਨ ਦਿੱਤੀ ਕਿ ਮੈਂ ਫਲਾਂ ਬੋਲਦਾ ਤੇ ਉਹ ਕਹਿੰਦੇ ਮੈਨੂੰ ਕਿਹਾ ਉਚੇਚੇ ਤੌਰ ਤੇ, ਕਹਿੰਦਾ ਜੀ ਮੈਂ ਤੁਹਾਨੂੰ ਸੁਣਦਾ, ਮੈਂ ਤੁਹਾਨੂੰ ਫੋਲੋ ਕਰਦਾ। ਔਰ ਉਹਨਾਂ ਨੇ ਆਪਣੇ 1824 ਦਾ ਜ਼ਿਕਰ ਕੀਤਾ ਸੀ, ਤੁਸੀਂ ਤਾਂ ਉਹਨਾਂ ਨਾਲ ਇੰਟਰਵਿਊ ਵੀ ਕੀਤੀ ਹੈ, ਮਤਲਬ ਮੈਂ ਕਾਬਲੀਅਤ ਦੇ ਲਿਹਾਜ਼ ਤੋਂ ਦੇਖ ਹਾਂਜੀ ਮੈਂ ਕਾਬਲੀਅਤ ਦੇ ਲਿਹਾਜ਼ ਤੋਂ ਦੇਖਦਾ ਕਿ ਜੇ ਮੇਰੇ ਵਰਗੇ ਛੋਟੇ ਬੰਦੇ ਨੂੰ ਵੀ ਉਹ ਨੈਕਸਟ ਡੇ ਫੋਨ ਕਰਦਾ ਤੇ ਕਹਿੰਦਾ ਕਿ ਮੈਂ ਜੀ ਤੁਹਾਡੇ ਚੈਨਲ ਦੇ ਨਾਲ ਜੁੜਿਆ ਹੋਇਆ, ਮੈਂ ਤੁਹਾਨੂੰ ਫੋਲੋ ਕਰਦਾ, ਤੁਹਾਨੂੰ ਦੇਖਦਾ ਹੈ, ਉਹ ਬੰਦੇ ਦੀ ਕਾਬਲੀਅਤ। ਹੁਣ ਇਹਦੇ ਚ ਕੋਈ ਸ਼ੱਕ ਨਹੀਂ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਦਾ ਘਟਨਾਕ੍ਰਮ ਟੋਟਲ ਹੋਇਆ ਉਹਦੀ ਉਹਨਾਂ ਨੇ ਪੜਤਾਲ ਕੀਤੀ ਸੀ, ਔਰ ਉਹ ਪੜਤਾਲ ਦੇ ਵਿੱਚ ਮੁੱਖ ਭੂਮਿਕਾ ਉਹਨਾਂ ਦੀ ਸੀ, ਕਿਉਂਕਿ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਿਹੜੀ ਬਣਾਈ ਸੀ ਜੀ ਉਹ 5 ਮੈਂਬਰਾਂ ਦੀ ਬਣਾਈ ਸੀ, ਔਰ ਉਹਦਾ ਮੁਖੀ ਜਿਹੜਾ ਸੀ ਪ੍ਰਬੋਧ ਕੁਮਾਰ ਉਹ ਵਿਅਕਤੀ ਸੀ ਜਿਹੜਾ DGP ਰੈਂਕ ਦਾ ਆਫੀਸਰ ਸੀਗਾ। ਲੇਕਿਨ ਹਾਲਾਤ ਇਹੋ ਜਿਹੇ ਹੋਏ ਕਿ ਸਾਹਮਣੇ ਡਾਢੇ ਸੀ, 5 ਦੇ ਵਿੱਚੋਂ 4 ਅਧਿਕਾਰੀ ਆ ਜਿਹੜੇ ਉਹਨਾਂ ਨੇ ਕੰਮ ਕਰਨ ਤੋਂ ਇਨਕਾਰ ਕਰਤਾ ਸੀ, ਸਹਿਯੋਗ ਦੇਣ ਤੋਂ ਇਨਕਾਰ ਕਰਤਾ ਸੀ, ਤੇ ਕੱਲਾ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਫਿਰ ਸਰਵੇ ਸਰਵਾ ਕਰਤਾ ਸੀ ਕਿ ਜੀ ਤੁਸੀਂ ਹੀ ਸਾਰੀ ਜਾਂਚ ਕਰੋ। ਉਹਨਾਂ ਨੇ ਜਾਂਚ ਕੀਤੀ, ਉਹ ਕਿਸੇ ਸਿੱਟੇ ਤੇ ਪਹੁੰਚੇ, ਉਹਨਾਂ ਨੇ ਕੁਝ ਜਿਹੜੀਆਂ ਹੈਗੀਆਂ 4 ਸ਼ੀਟਸ ਦਾਇਰ ਕੀਤੀਆਂ ਜਿਹਨਾਂ ਨੂੰ ਚੁਣੌਤੀ ਦਿੱਤੀ ਗਈ ਹਾਈਕੋਰਟ ਦੇ ਵਿੱਚ, ਔਰ ਉਸ ਵੇਲੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਜੇ ਅਸਤੀਫਾ ਦਿੱਤਾ ਸੀ ਤਾਂ ਇਹ ਇਲਜ਼ਾਮ ਸੀ ਕਿ ਪੰਜਾਬ ਸਰਕਾਰ ਦਾ ਲਾਅ ਡਿਪਾਰਟਮੈਂਟ ਹੈ ਜਿਹੜਾ ਉਹ ਮੈਨੂੰ ਸਹਿਯੋਗ ਨਹੀਂ ਦੇ ਰਿਹਾ। ਉਹ ਸਹਿਯੋਗ ਕਿਉਂ ਨਹੀਂ ਦੇ ਰਿਹਾ, ਉਹਦੇ ਪਿੱਛੇ ਉਹਨਾਂ ਨੂੰ ਇਸ ਗੱਲ ਦਾ ਗਿਲਾ ਸੀ ਕਿ ਮੁੱਖ ਮੰਤਰੀ ਜਿਹੜੀ ਆ ਉਹ ਦਖਲ ਅੰਦਾਜ਼ੀ ਨਹੀਂ ਕਰਦੇ, ਤੇ ਉਹਨਾਂ ਨੇ ਪ੍ਰੀ ਮੈਚਿਓਰ ਰਿਟਾਇਰਮੈਂਟ ਲੈ ਲਈ ਸੀ, ਹਾਲਾਂਕਿ ਉਹਨਾਂ ਦੀ ਸਰਵਿਸ ਕਾਫੀ ਪਈ ਸੀ, DGP ਉਹਨਾਂ ਨੇ ਬਣ ਜਾਣਾ ਸੀ। ਔਰ ਇਹ ਆਪਾਂ ਸਾਰੇ ਜਾਣਦੇ ਹਾਂ, ਇਹ ਵੀਡੀਓਜ਼ ਵੀ ਪਈਆਂ, ਕੁੰਵਰ ਵਿਜੇ ਪ੍ਰਤਾਪ ਸਿੰਘ ਵੀ ਵਾਰ ਵਾਰ ਕਹਿੰਦੇ ਆ ਕਿ ਮੈਨੂੰ ਆ ਕੇ ਅਪਰੋਚ ਕੀਤਾ ਗਿਆ ਅਰਵਿੰਦ ਕੇਜਰੀਵਾਲ ਵੱਲੋਂ ਔਰ ਉਹਨਾਂ ਦੀ ਟੀਮ ਵੱਲੋਂ ਕਿ ਤੁਸੀਂ ਸਾਡੀ ਪਾਰਟੀ ਚ ਆਓ ਔਰ ਆ ਕੇ ਤੁਸੀਂ ਸਾਰਾ ਕੰਮ ਇਹ ਕਰ ਲੈ, ਤੁਹਾਡੀ ਹੀ ਜ਼ਿੰਮੇਵਾਰੀ ਹੋਊ। ਉਹ ਕਹਿੰਦੇ ਜੀ ਚਲੋ ਮੈਨੂੰ ਜੁਆਇਨ ਕਰਵਾਇਆ, ਮੈਨੂੰ ਇਹ ਗੱਲ ਕਹੀ ਗਈ ਕਿ ਤੁਹਾਨੂੰ ਸਾਰਾ ਕੁਛ ਜਿਹੜਾ ਹੈਗਾ ਸੌਂਪ ਦਿੱਤਾ ਜਾਊਗਾ, ਜਨਤਕ ਤੌਰ ਤੇ ਉਹਨਾਂ ਨੇ ਕਿਹਾ ਤੁਸੀਂ ਇਹ ਪੜਤਾਲ ਕਰਿਓ, ਸਿਰੇ ਲਾਇਓ। ਉਹ ਕਹਿੰਦੇ ਵੀ ਜਦੋਂ ਕੇਜਰੀਵਾਲ ਸਾਹਿਬ ਇੱਥੇ ਆਉਂਦੇ ਹੁੰਦੇ ਸੀ ਮੈਂ ਉਹਨਾਂ ਨੂੰ ਐਸਕੌਰਟ ਕਰਦਾ ਹੁੰਦਾ ਸੀ, ਪਰ ਜਦੋਂ ਕਹਿੰਦੇ ਪਾਰਟੀ ਜਿੱਤ ਗਈ ਤੇ ਮੈਨੂੰ ਨਾਲ ਦੀ ਨਾਲ ਹੀ ਇਹ ਹੁਕਮ ਹੋ ਗਿਆ ਕਿ ਅੱਜ ਤੋਂ ਬਾਅਦ ਤੁਸੀਂ ਕੇਜਰੀਵਾਲ ਦੇ ਨੇੜੇ ਨਹੀਂ ਆਉਣਾ, ਭਾਵ ਵੀ ਹੁਣ ਤੇਰੀਆਂ ਜਿਹੜੀਆਂ ਸੇਵਾਵਾਂ ਦੀ ਕੋਈ ਲੋੜ ਨਹੀਂ, ਅਸੀਂ ਜਿੱਤ ਗਏ ਤੇ ਆਪਦੀ ਮਰਜ਼ੀ ਕਰਾਂਗੇ, ਤੇ ਮੇਰੀ ਕਿਸੇ ਨੇ ਗੱਲ ਨਹੀਂ ਸੁਣੀ। ਵਾਰ ਵਾਰ ਉਹ ਕਹਿੰਦੇ ਜੀ ਮੈਂ ਮਤਲਬ ਜਿਹੜਾ ਹੈਗਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਸਮਾਂ ਮੰਗਦਾ, ਮੈਨੂੰ ਅਸੈਂਬਲੀ 'ਚ ਬੋਲਣ ਦਾ ਸਮਾਂ ਨਹੀਂ ਦਿੱਤਾ ਜਾਂਦਾ, ਉਹ ਗੱਲ ਨੂੰ ਗਾਹ ਨਹੀਂ ਤੋਰਿਆ ਜਾਂਦਾ, ਗੱਲ ਉੱਥੇ ਦੀ ਉੱਥੇ ਹੀ ਹੈ। ਇਹ ਆਪਣਾ ਜਿਹੜਾ ਦਰਦ ਆ ਉਹ ਕਈ ਵਾਰੀ ਜਿਹੜਾ ਇਹਦਾ ਇਜ਼ਹਾਰ ਕਰ ਚੁੱਕੇ ਹੈ, ਲੇਕਿਨ ਹੁਣ ਕਿਉਂਕਿ ਇਲੈਕਸ਼ਨ ਹੈ, ਉੱਥੋਂ ਕੁਲਦੀਪ ਸਿੰਘ ਧਾਲੀਵਾਲ ਖੜੇ ਹੋਏ ਆ ਆਮ ਆਦਮੀ ਪਾਰਟੀ ਵੱਲੋਂ ਅੰਮ੍ਰਿਤਸਰ ਸਾਹਿਬ ਤੋਂ, ਔਰ ਉਹਨਾਂ ਦੀ ਜਦੋਂ ਕੰਪੇਨ ਹੈ, ਕੰਪੇਨ ਦੇ ਵਿੱਚ ਉਹ ਕੰਮ ਪੂਰਾ ਕਰ ਰਹੇ ਹੈ, ਚੋਣ ਮੁਹਿੰਮ ਨੂੰ ਭਖਾ ਵੀ ਰਹੇ ਹੈ, ਪਿਛਲੇ ਦਿਨਾਂ ਦੇ ਵਿੱਚ ਉਹ 2 ਵਾਰੀ ਬੋਲੇ ਹੈ। ਹੁਣ ਵੀ ਜਿਹੜੀ ਲੇਟੈਸਟ ਖਬਰ ਜਿਹਦਾ ਆਪਾਂ ਜ਼ਿਕਰ ਕਰ ਰਹੇ ਹਾਂ ਉਹ ਹੈ ਕਿ ਇੱਕ ਥਾਂ ਦੇ ਉੱਤੇ ਜਦੋਂ ਕੁਲਦੀਪ ਸਿੰਘ ਧਾਲੀਵਾਲ ਤੇ ਬਾਕੀ ਸਾਰੀ ਟੀਮ ਬੈਠੀ ਸੀ, ਉੱਥੇ ਬੋਲਣ ਦਾ ਮੌਕਾ ਮਿਲਿਆ ਜਲਸੇ ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ, ਤੇ ਉਹਨਾਂ ਨੇ ਇਲਜ਼ਾਮ ਲਾਇਆ ਕਿ ਇਹ ਜਿਹੜੀ ਗੁਰੂ ਕੀ ਧਰਤੀ ਹੈ, ਗੁਰੂ ਦਾ ਇਹ ਜਿਹੜਾ ਹੈਗਾ ਇਲਾਕਾ ਹੈ, ਇੱਥੇ ਜਿਹੜੀ ਹੈ ਨਸ਼ੇ ਦਾ ਕਾਰੋਬਾਰ ਹੈ, ਇਹ ਪੁਲਿਸ ਵੱਲੋਂ ਫੈਲਾਇਆ ਜਾ ਰਿਹਾ ਹੈ। ਉਹ ਕਹਿੰਦੇ ਮੈਂ ਬੜੇ ਵਾਰ ਕਿਹਾ ਕਿ ਪੁਲਿਸ ਵਾਲਿਆਂ ਨੂੰ ਇੱਥੋਂ ਤਬਦੀਲ ਕਰ ਦਿੱਤਾ ਜਾਵੇ, ਕਿਸੇ ਨੂੰ ਤਬਦੀਲ ਨਹੀਂ ਕੀਤਾ। ਉਹ ਕਹਿੰਦੇ ਮੈਂ ਤਾਂ ਇੰਨੀ ਬੇਨਤੀ ਕੀਤੀ ਸੀ ਕਿ ਇਹਨਾਂ ਨੂੰ ਗੁਰੂ ਕੀ ਨਗਰੀ ਚੋਂ ਬਾਹਰ ਕੱਢ ਦਿੱਤਾ ਜਾਵੇ, ਆ ਜਿਹੜੇ ਬੰਦੇ ਬੈਠੇ ਆ ਲੰਬੇ ਸਮੇਂ ਤੋਂ, ਕਿਰਪਾ ਕਰਕੇ ਤੁਸੀਂ ਇਹਨਾਂ ਨੂੰ ਬਟਾਲਾ ਵਗੈਰਾ ਉੱਧਰ ਨੂੰ ਭੇਜ ਦਿਓ।
ਗੁਰੂ ਕੀ ਧਰਤੀ ਨੂੰ ਇਹਨਾਂ ਤੋਂ ਬਚਾ ਲਓ, ਇਹਨਾਂ ਨੂੰ ਪਾਸੇ ਕੱਢ ਦਿਓ, ਜਿਹੜਾ ਨਸ਼ਾ ਪੱਤਾ ਇਹਨਾਂ ਨੇ ਇੱਥੇ ਬਕਵਾ ਰਹੇ ਆ ਭਾਵੇਂ ਉੱਥੇ ਬਕਵਾ ਲੈਣ, ਪਰ ਇੱਥੋਂ ਉਹਨਾਂ ਨੂੰ ਕੱਢੋ। ਕਹਿੰਦੇ ਮੇਰੀ ਇਹ ਡਿਮਾਂਡ ਸੀ, ਕੱਢਣਾ ਕੀ ਨਹੀਂ ਸੀ, ਕਹਿੰਦੇ ਬੰਦੇ ਅਜੇ ਵੀ ਉੱਥੇ ਹੀ ਬੈਠੇ ਆ। ਕਿਉਂਕਿ ਜਿਹੜਾ ਇੱਕ ਹੈ, ਕਈ ਵਾਰੀ ਆਪਾਂ ਕਮਿਸ਼ਨਰ ਬਦਲ ਦਿੰਦੇ ਹਾਂ, SSP ਬਦਲ ਦਿੰਦੇ ਹਾਂ, ਲੇਕਿਨ ਚੰਦੀ ਸਾਹਿਬ ਜਿਹੜੀ ਅਸਲ ਕਮਾਂਡ ਹੁੰਦੀ ਹੈ ਨਾ, ਜਿਹੜੇ ਜਕੜ ਹੁੰਦੀ ਹੈ, ਉਹ ਹੁੰਦੀ ਹੈ ਮੁਨਸ਼ੀ ਤੋਂ ਲੈ ਕੇ ਇੰਚਾਰਜ ਤੱਕ, ਚਾਹੇ ਉਹ SHO ਕਹਿ ਦਈਏ, ਚਾਹੇ ਆਪਾਂ CIA ਦਾ ਇੰਚਾਰਜ ਕਹਿ ਦਈਏ। ਅਸਲ ਜਿਹੜਾ ਹੈਗਾ ਕੰਟਰੋਲ ਉਹਨਾਂ ਕੋਲੇ ਹੁੰਦਾ ਹੈ, ਮਤਲਬ ਜਿਹੜੇ ਉੱਪਰਲੇ ਅਫਸਰ ਆ ਉਹ ਤਾਂ ਨਿਗਰਾਨ ਹੁੰਦੇ ਹੈ, ਮੇਨ ਚੀਜ਼ ਉਹ ਬੰਦੇ ਹੁੰਦੇ ਆ। ਉਹ ਕਹਿੰਦੇ ਬੰਦੇ ਤਾਂ ਉਹੀ ਬੈਠੇ ਹੈ, ਔਰ ਇੱਥੇ ਨਸ਼ਾ ਖਤਮ ਕਿਵੇਂ ਹੋ ਜੂ। ਇਹ ਤੋਂ ਪਹਿਲਾਂ ਉਹਨਾਂ ਨੇ ਕਿਹਾ ਸੀ ਕਿ ਮੇਰਾ ਜਿਹੜਾ ਹੈਗਾ ਟੈਲੀਫੋਨ ਤੇ ਜਿਹੜਾ ਟੈਪ ਹੁੰਦਾ ਸੀ, ਔਰ ਮੈਂ ਕਿਉਂਕਿ ਉਹਨਾਂ ਨੇ ਇੰਟੈਲੀਜੈਂਸ ਦੇ ਵਿੱਚ ਕੰਮ ਕੀਤਾ, ਉਹ ਕੁਛ ਵੀ ਕੰਮ ਕਰਦੇ ਰਹੇ, ਉਹਨਾਂ ਨੂੰ ਪਤਾ ਕਿ ਸਿਸਟਮ ਕਿਵੇਂ ਕੰਮ ਕਰਦਾ ਹੈ। ਤੇ ਉਹਨਾਂ ਨੇ ਕਿਹਾ, ਮੈਂ ਰਾਘਵ ਚੱਡਾ ਨੂੰ ਕਿਹਾ ਕਿ ਚੱਡਾ ਸਾਹਿਬ ਮੈਨੂੰ ਕਿਹੜੀ ਕੈਟੇਗਰੀ ਚ ਰੱਖਿਆ ਵਾ ਤੁਸੀਂ, ਕੀ ਮੇਰੇ ਤੇ ਵੀ ਨਿਗਰਾਨੀ ਕੀਤੀ ਜਾ ਰਹੀ ਹੈ, ਆਹ ਮੇਰਾ ਟੈਲੀਫੋਨ ਟੈਪ ਕਿਉਂ ਹੋ ਰਿਹਾ। ਨਤੀਜਾ ਇਹ ਹੋਇਆ ਕਿ ਜਿਹੜੇ ਬੰਦੇ ਨੇ ਮੈਨੂੰ ਇਨਫੋਰਮੇਸ਼ਨ ਦਿੱਤੀ ਸੀ ਜਿਸ ਅਫਸਰ ਨੇ, ਉਹਦੀ ਬਦਲੀ ਕਰਤੀ, ਜਿਹੜੇ ਮੇਰਾ ਟੈਲੀਫੋਨ ਟੈਪ ਕਰਦੇ ਸੀ ਉਹ ਉਵੇਂ ਦਾ ਉਵੇਂ ਹੈ। ਅਗਲੀ ਗੱਲ ਉਹ ਕੀ ਕਹਿੰਦੇ ਹੈ ਕਿ ਜਿਹੜੇ ਆ ਲੋਕ ਨਸ਼ੇ ਵਾਲੇ ਨਸ਼ੇ ਦਾ ਕੰਮ ਕਰਦੇ ਤੇ ਇੱਥੇ ਬੈਠੇ ਹੈ, ਇਹਨਾਂ ਨੂੰ ਪ੍ਰੋਟੈਕਸ਼ਨ ਕੌਣ ਦਿੰਦਾ ਹੈ? ਉਹਨਾਂ ਨੇ ਸਿੱਧਾ ਰਾਘਵ ਚੱਡੇ ਦਾ ਨਾਂ ਲਿਆ ਕਿ ਰਾਘਵ ਚੱਡਾ ਇਹਨਾਂ ਨੂੰ ਪ੍ਰੋਟੈਕਸ਼ਨ ਦਿੰਦਾ ਹੈ। ਗੱਲ ਇੱਥੇ ਨਹੀਂ ਰੁਕੀ, ਉਹਨਾਂ ਨੇ ਨਾਲੇ ਕਿਹਾ ਕਿ ਅਰਵਿੰਦ ਕੇਜਰੀਵਾਲ ਜੇ ਅੱਜ ਜੇਲ੍ਹ ਦੇ ਵਿੱਚ ਹੈ, ਜੇ ਅੱਜ ਉਹ ਫਸਿਆ ਹੋਇਆ, ਉਹਨੂੰ ਕੱਲਾ ਮੋਦੀ ਸਰਕਾਰ ਨੇ ਨਹੀਂ ਫਸਾਇਆ, ਜਿਹੜੇ ਉਹਨਾਂ ਦੇ ਨੇੜਲੇ ਦੋਸਤ ਮਿੱਤਰ ਸੀ ਉਹਨਾਂ ਦੇ ਨਾਲ, ਜਿਹੜੇ ਉਹਨਾਂ ਦੀ ਟੀਮ ਦੇ ਵਿੱਚ ਸੀ, ਉਹਨਾਂ ਨੇ ਫਸਾਇਆ। ਕਿਉਂਕਿ ਕਹਿੰਦੇ ਉਹਨਾਂ ਨੇ ਜਿਹੜੀ ਹੈਗੀ ਆ ਸਾਰੇ ਅੰਦਰਲੇ ਭੇਦ ਸਰਕਾਰ ਨੂੰ, ED ਨੂੰ ਜਾਂ CBI ਨੂੰ ਦਿੱਤੇ ਹੈ, ਭੇਦ ਦਿੱਤੇ ਆ, ਤੇ ਮਾਰੀ ਉਡਾਰੀ ਪਹੁੰਚ ਗਏ ਲੰਡਨ, ਔਰ ਕੇਜਰੀਵਾਲ ਕਿੱਥੇ ਬੈਠਾ? ਜੇਲ੍ਹ ਦੇ ਵਿੱਚ। ਉਹ ਕਹਿੰਦੇ ਜੇ ਕੇਜਰੀਵਾਲ ਨੇ ਮੇਰੀਆਂ ਸੇਵਾਵਾਂ ਹਾਸਲ ਕੀਤੀਆਂ ਹੁੰਦੀਆਂ, ਮੈਨੂੰ ਲਾਂਭੇ ਨਾ ਕੀਤਾ ਹੁੰਦਾ, ਤੇ ਅੱਜ ਕਿਸੇ ਦੀ ਪਹੁੰਚ ਨਹੀਂ ਸੀ ਕਿ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਲੈਂਦਾ, ਮੈਂ ਉਹਨੂੰ ਆਪਣੇ ਆਪ ਜਿਹੜੀ ਹੈਗੀ ਬਚਾਉਂਦਾ, ਮੈਂ ਉਹਦੀ ਪ੍ਰੋਟੈਕਸ਼ਨ ਕਰਦਾ, ਉਹਦੀ ਮਦਦ ਕਰਦਾ, ਮੈਨੂੰ ਪਾਸੇ ਕੀਤਾ ਗਿਆ। ਇਹ ਉਹਨਾਂ ਦੀ ਇਲਜ਼ਾਮਬਾਜ਼ੀ ਆ, ਪਿਛਲੇ ਦਿਨਾਂ 'ਚ ਆਪਾਂ ਥੋੜਾ ਜ਼ਿਕਰ ਪਹਿਲਾਂ ਵੀ ਕੀਤਾ ਸੀ, ਲੇਕਿਨ ਹੁਣ ਗੱਲ ਖੁੱਲ੍ਹ ਕੇ ਸਾਹਮਣੇ ਆ ਗਈ। ਹੈਰਾਨੀਜਨਕ ਜਿਹੜੀ ਸਥਿਤੀ ਇਹ ਹੈ ਕਿ ਜੋ ਇਲਜ਼ਾਮ ਕੁੰਵਰ ਵਿਜੇ ਪ੍ਰਤਾਪ ਸਿੰਘ ਲਾਉਂਦਾ ਹੈ, ਉਹਦਾ ਨਾਂ ਤਾਂ ਕੋਈ ਖੰਡਨ ਕਰਦਾ ਹੈ, ਤੇ ਨਾ ਹੀ ਉਹਨਾਂ ਇਲਜ਼ਾਮਾਂ ਦੇ ਆਧਾਰ ਦੇ ਉੱਤੇ ਕੋਈ ਕਾਰਵਾਈ ਕਰਦਾ ਹੈ। ਮੁੱਖ ਮੰਤਰੀ ਸਾਹਿਬ ਸਾਡੇ ਜਿਹੜੇ ਹੈਗੇ ਬੋਲਣ ਚੱਲਣ ਦੇ ਵਿੱਚ ਬੜੇ ਤੇਜ਼ ਤਰਾਰ ਹੈ, ਉਹ ਜਾ ਕੇ ਵੱਖ ਵੱਖ ਸਟੇਟਾਂ ਦੇ ਵਿੱਚ ਪ੍ਰਚਾਰ ਵੀ ਕਰਦੇ ਹੈ, ਇੱਥੇ ਵੀ ਉਹ ਆਪੋਜੀਸ਼ਨ ਨੂੰ ਖੰਘਣ ਨਹੀਂ ਦਿੰਦੇ। ਜਿਹੜਾ ਕੋਈ ਮਾੜਾ ਮੋਟਾ ਖੰਘਦਾ ਉਹਨੂੰ ਕਹਿ ਦਿੰਦੇ ਆ ਪਈ ਹੈ ਤੇਰੀ ਫਾਈਲ, ਫੱਟ ਗਿਆ, ਕਦੇ ਕੁਛ ਕਦੇ ਕੁਛ, ਕਦੇ ਫਿਰ ਇਹ ਵੀ ਕਹਿ ਦਿੰਦੇ ਆ ਫਿਰ ਫੇਰ ਵੀ ਚੁੱਪ ਕਰੇਗਾ, ਇਹਦੇ ਤੂੰ ਅਸੈਂਬਲੀ ਚ ਬੋਲੀ ਜਾਂਦਾ, ਉਹ ਇਸ ਤਰ੍ਹਾਂ ਚੁੱਪ ਕਰਾਉਂਦੇ ਆ। ਪਰ ਜਦੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਇੰਨੇ ਗੰਭੀਰ ਇਲਜ਼ਾਮ ਲਾਉਂਦਾ, ਉੱਥੇ ਮੂੰਹ ਕਿਉਂ ਬੰਦ ਹੈ, ਉੱਥੇ ਬੰਦਾ ਕੋਈ ਬੋਲਦਾ ਕਿਉਂ ਨੀ? ਇਹ ਆਪਣੇ ਆਪ ਚ ਹੈ। ਹੁਣ ਇਹ ਮਾਮਲਾ ਆਪੋਜੀਸ਼ਨ ਨੇ ਚੱਕ ਲਿਆ, ਉਹ ਕਹਿੰਦੇ ਰੂਲਿੰਗ ਪਾਰਟੀ ਦਾ ਇੱਕ MLA ਜਿਹੜਾ IG ਦੇ ਰੈਂਕ ਤੋਂ ਰਿਟਾਇਰਮੈਂਟ ਲੈ ਕੇ ਆਇਆ ਹੋਇਆ, ਜਿਹੜਾ ਅੰਦਰਲੇ ਸਿਸਟਮ ਨੂੰ ਸਾਰਾ ਕੁਛ ਜਾਣਦਾ ਹੈ, ਜੇ ਉਹ ਕਹਿੰਦਾ ਕਿ ਨਸ਼ੇ ਪੱਤੇ ਦਾ ਕਾਰੋਬਾਰ ਉਹ ਪੁਲਿਸ ਦੀ ਜਿਹੜੀ ਹੈਗੀ ਮਿਲੀ ਭੁਗਤ ਨਾਲ ਹੋ ਰਿਹਾ, ਤਾਂ ਸ਼੍ਰੀਮਾਨ ਜੀ ਇਸ ਮਾਮਲੇ ਦੀ ਤਾਂ ਜਾਂਚ ਹੋਣੀ ਚਾਹੀਦੀ ਹੈ। ਆਮ ਆਦਮੀ ਪਾਰਟੀ ਦੇ ਜਾਂ ਰੂਲਿੰਗ ਪਾਰਟੀ ਦੇ ਕੌਣ ਕੌਣ ਬੰਦੇ ਉਹਨਾਂ ਦੇ ਨਾਲ ਜੁੜੇ ਹੋਏ ਹੈ ਇਸ ਕੰਮ ਦੇ ਵਿੱਚ, ਇਹ ਮੁੱਦਾ ਲੈ ਕੇ ਹੁਣ ਸਾਬਕਾ ਡਿਪਟੀ ਮੁੱਖ ਮੰਤਰੀ, ਜਿਹੜੇ ਜੇਲ੍ਹਾਂ ਦੇ ਵੀ ਮੰਤਰੀ ਰਹੇ ਹੈ, ਜਿਹੜੇ ਗ੍ਰਹਿ ਮੰਤਰੀ ਵੀ ਰਹੇ ਹੈ, ਸੁਖਜਿੰਦਰ ਸਿੰਘ ਰੰਧਾਵਾ, ਹੁਣ ਸੁਖਜਿੰਦਰ ਸਿੰਘ ਰੰਧਾਵਾ ਨੇ ਇਹ ਚਿੱਠੀ ਲਿਖ ਦਿੱਤੀ ਹੈ ਜੀ ਚੋਣ ਕਮਿਸ਼ਨ ਨੂੰ ਕਿ ਚੋਣ ਕਮਿਸ਼ਨ ਇਹਦੀ ਜਾਂਚ ਕਰਾਵੇ। ਇਹ ਹੁਣ ਚੋਣ ਕਮਿਸ਼ਨ ਜਾਂਚ ਕਰਵਾਉਂਦਾ ਨਹੀਂ ਕਰਵਾਉਂਦਾ, ਇਹ ਤਾਂ ਚੋਣ ਕਮਿਸ਼ਨ ਤੇ ਨਿਰਭਰ ਹੈ। ਪਰ ਜੇ ਆਪਾਂ ਦੂਜਾ ਪਾਸਾ ਦੇਖੀਏ ਤਾਂ ਮੇਰੇ ਖਿਆਲ ਮੁਤਾਬਕ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੇ ਹੱਥ ਇੱਕ ਹੋਰ ਹਥਿਆਰ ਆ ਗਿਆ। ਜੇ ਉਹ ਚਾਹੁਣ ਤਾਂ ਇਸ ਮਾਮਲੇ ਦੀ ਜਾਂਚ ਕਰਵਾ ਸਕਦੇ ਹੈ, ਤੇ ਜੇ ਜਾਂਚ ਸ਼ੁਰੂ ਹੋ ਗਈ ਤੇ ਫਿਰ ਚੰਦੀ ਸਾਹਿਬ ਪਤਾ ਨਹੀਂ ਵੀ ਕਿਹੜੇ ਕਿਹੜੇ ਘਰਾਂ ਦੇ ਵਿੱਚ ਸੱਤਰ ਵੇਚੇ ਜੀ।